ਦੋਸਤੋ, ਅੱਜ ਤੁਹਾਨੂੰ ਇੱਕ ਬੰਦੇ ਨਾਲ ਮਿਲਾਉਣਾ ਵਾ ਸੀਲਿੰਗ ਵਾਲਾ। ਇਹ ਯੂਰਪ 'ਚ ਭਾਈ ਨੇ ਵੀ ਕੰਮ ਸਿੱਖ ਕੇ ਆਏ ਆ, ਮਾਸ਼ਾਅੱਲਾ ਕੰਮ ਸਾਫ਼ ਕਰਦੇ ਆ। ਅਸਲਾਮ ਵਾਲੇਕੁਮ ਸ਼ਹਿਜ਼ਾਦ ਭਾਈ। ਵਾਲੇਕੁਮ ਸਲਾਮ ਭਾਈ। ਸ਼ਹਿਜ਼ਾਦ ਭਾਈ ਇੱਕ ਮਿੰਟ ਬੈਠਿਓ ਜੀ। ਭਾਈ ਦੱਸੋ ਹੋਰ ਸ਼ਹਿਜ਼ਾਦ ਭਾਈ ਕੀ ਹਾਲ ਹੈ? ਠੀਕ ਹੋ ਜੀ? ਜੀ ਭਾਈ ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ। ਸ਼ਹਿਜ਼ਾਦ ਭਾਈ ਕਿੱਥੋਂ ਕੰਮ ਸਿੱਖਿਆ ਮਾਸ਼ਾਅੱਲਾ? ਮੈਂ ਯੂਰਪ 'ਚੋਂ ਕੰਮ ਸਿੱਖਿਆ। ਯੂਰਪ 'ਚੋਂ? ਹਾਂਜੀ। ਮਾਸ਼ਾਅੱਲਾ ਕੰਮ ਤੇ ਸਾਫ਼ ਕੀਤਾ ਹੋਇਆ। ਮਾਸ਼ਾਅੱਲਾ ਜੀ ਕੰਮ ਸਾਫ਼ ਸੁਥਰਾ। ਕਿੰਨੇ ਸਾਲ ਰਹੇ ਯੂਰਪ? ਮੈਂ 5 ਸਾਲ ਕੰਮ ਸਿੱਖਿਆ ਉੱਥੇ। ਮੈਨੂੰ ਲੱਗਦਾ ਸਾਰੀ ਜ਼ਿੰਦਗੀ ਉੱਥੇ ਰਹੇ ਆ, ਵਾਲ ਪੀਲੇ ਹੋ ਗਏ ਆ। ਕੰਮ ਕੀਤਾ ਭਾਈ ਮੈਂ। ਕਿੰਨੇ ਸਾਲ? 2 ਸਾਲ ਸਿੱਖਣ ਦੇ ਲਾਏ। ਅੱਛਾ ਜੀ। 3 ਸਾਲ ਦੇ ਵਿੱਚ ਭਾਈ ਮੈਂ ਸਾਰਾ ਕੰਮ ਸਿੱਖ ਕੇ ਉੱਥੇ ਕਰਨ ਲੱਗ ਗਿਆ। ਅੱਛਾ, ਮਾਸ਼ਾਅੱਲਾ ਸਿੱਖਿਆ ਵੀ ਉੱਥੇ ਹੀ ਆ? ਹਾਂਜੀ। ਤੇ ਕੀਤਾ ਕਿੰਨੀ ਦੇਰ? ਮੈਂ 3 ਸਾਲ। 3 ਸਾਲ ਤੇ ਹੁਣ ਮੈਂ ਪਾਕਿਸਤਾਨ ਆ ਗਿਆ ਵਾਂ। ਪਾਕਿਸਤਾਨ ਕਿਉਂ ਆ ਗਏ? ਯੂਰਪ ਵਾਲੇ ਤੇ ਆਉਂਦੇ ਹੀ ਨਹੀਂ ਇੱਧਰ ਨੂੰ। ਬਸ ਭਾਈ ਇਹ ਛੁੱਟੀਆਂ ਆ ਜੀ 3 ਮਹੀਨੇ। ਅੱਛਾ। ਇਹਦਾ ਹਾਲਾਤ ਡਾਊਨ ਹੋ ਗਏ ਤੇ ਬਸ ਟਿਕਟ ਦੇ ਪੈਸੇ ਇਕੱਠੇ ਕਰਨ ਲਿਆ ਵਾਂ। ਠੀਕ ਹੈ। ਰੁਕਿਆ ਹੁੰਦਾ ਮੈਂ ਯੂਰਪ 'ਚ ਵਿਹਲੇ ਰਹੇ, ਕੰਮ ਕੋਈ ਨਹੀਂ ਕੀਤਾ? ਯੂਰਪ 'ਚ ਦੱਸਣ ਦਾ ਰਿਹਾ ਭਾਈ 3 ਸਾਲ ਕੀਤਾ। ਤੇ ਕਿੱਧਰ ਗਏ ਪੈਸੇ ਉਹ? ਉਹ ਬਸ ਖਾ ਕੋਲੇ। ਅੱਛਾ, ਸਹੀ ਗੱਲ ਆ, ਵਾਕਈ ਖਾਦੇ ਹੀ ਲੱਗਦੇ ਆ। ਹਾਂਜੀ ਭਾਈ ਸਹੀ। ਨਹੀਂ ਤੇ ਕੰਮ ਤੇ ਉੱਥੇ ਵਾਪਸ ਨਹੀਂ ਆਉਂਦਾ ਬੰਦਾ, ਇੱਥੇ ਤੁਸੀਂ ਕਿੱਦਾਂ ਆ ਗਏ ਭਾਜੀ? ਬਸ ਭਾਈ ਮਜਬੂਰੀ ਆ ਤੁਹਾਨੂੰ ਪਤਾ। ਤੇ ਆ ਹੇਅਰ ਸਟਾਈਲ ਜਿਹੜਾ ਤੁਸੀਂ ਬਣਾਇਆ ਹੋਇਆ ਵਾ ਯੂਰਪ ਦਾ? ਉੱਥੇ ਹੀ ਬਣਾਇਆ ਮੈਂ ਯੂਰਪ ਦੀਆਂ ਯੂਰਪ ਦੀਆਂ ਦੇਖ ਦੇਖ ਕੇ। ਅੱਛਾ। ਸੋਹਣੇ ਲੱਗਦੇ ਸੀ, ਮੈਂ ਹੇਅਰ ਸਟਾਈਲ ਬਣਾ ਲਿਆ। ਮਾਸ਼ਾਅੱਲਾ ਬਹੁਤ ਪਿਆਰਾ ਲੱਗਦਾ ਤੁਹਾਡੇ ਸੂਟ, ਬਹੁਤ ਕਰਦਾ। ਹਾਂਜੀ ਭਾਈ, ਬਸ ਦੁਆ ਕਰੋ ਹੋਰ ਲੰਬੇ ਹੋ ਜਾਣੇ। ਇਹ ਕੀ ਲਗਾਉਂਦੇ ਇਹਨਾਂ ਨੂੰ ਜਿਹੜਾ ਲੰਬੇ ਹੋ ਜਾਣਾ? ਇੱਦਾਂ ਮਾੜਾ ਪਿੱਛੋਂ ਦਿਖਾਈਓ ਭੈਣ। ਕਿਆ ਬਾਤ ਹੈ, ਕਿਆ ਬਾਤ! ਇਹ ਕੀ ਲਗਾਉਂਦੇ ਇਹਨਾਂ ਨੂੰ ਭਾਜੀ? ਇਹ ਤਾਰੇ ਮੇਰੇ ਦਾ ਤੇਲ ਲਾਈਦਾ ਇਹਨਾਂ ਨੂੰ। ਸਹੀ ਆ। ਹਾਂਜੀ। ਤੇ ਨਹਾਉਂਦੇ ਕਿੰਨੇ ਦਿਨਾਂ ਬਾਅਦ? ਬਸ ਨਹਾ ਲੈਂਦਾ ਜੀ, ਸਰਗਰਮੀ ਆ ਗਈ ਆ, ਹਫ਼ਤੇ 'ਚ ਇੱਕ ਵਾਰੀ ਨਹਾ ਲੈਂਦਾ, ਸਰਦੀ 'ਚ ਮਹੀਨੇ ਬਾਅਦ ਨਹਾ ਲੈਂਦਾ ਸੀ। ਸਹੀ ਆ। ਹਾਂਜੀ ਭਾਈ, ਤਾਂ ਹੀ ਇੰਨੇ ਸਿਲਕੀ ਆ। ਹਾਂਜੀ ਦੇਖਿਆ, ਸਿਲਕੀ ਆ ਨਾ। ਹਾਂਜੀ, ਹੱਥ ਪਾਏ ਅੱਗੇ ਨਹੀਂ ਜਾਂਦੇ। ਸਹੀ। ਯੂਰਪ ਦੇ ਵਿੱਚ ਕੀ ਰੇਟ ਲੈਂਦੇ ਸੀ ਸੀਲਿੰਗ ਦਾ ਭਾਈ? ਯੂਰਪ 'ਚ ਲੈਂਦਾ ਸੀ 150। ਕੋਈ ਕੰਮ ਤੇ ਨਹੀਂ ਸੀ ਖੜਦਾ ਤੁਹਾਨੂੰ? ਨਹੀਂ, ਕੰਮ ਦੇ ਤਾਂ ਬਥੇਰੇ ਜਾਣੇ ਖੜਦੇ ਸੀ। ਅੱਛਾ। ਭੱਜੇ ਆਉਂਦੇ ਸੀ ਉੱਥੋਂ, ਹੈ ਨਾ? ਉਹ ਆਹੋ ਭੱਜ ਜਾਈਦਾ ਸੀ ਜਦੋਂ ਮਾਲਕ ਪੈਸੇ ਨਹੀਂ ਦੇਣੇ, ਫਿਰ ਭੱਜਣਾ ਹੀ ਸੀ। ਅੱਛਾ, ਕੀ ਕਰਨਾ ਭਾਈ ਹੋਰ? ਸਹੀ ਆ। ਬਾਕੀ ਟਿਕਟ ਦੇ ਪੈਸੇ ਇਕੱਠੇ ਕਰ ਲਓਗੇ 3 ਮਹੀਨੇ 'ਚ ਕਿ ਨਹੀਂ? ਟਿਕਟ ਦੇ ਪੈਸੇ ਇਨਸ਼ਾਅੱਲਾ ਹੋ ਜਾਣਗੇ ਜੀ। ਮੈਨੂੰ ਤਾਂ ਲੱਗਦਾ ਨਹੀਂ ਹੋਣੇ, ਸਾਰਾ ਖਰਚਾ ਤੂੰ ਵਾਲਾਂ ਦਾ ਹੀ ਕਰੀ ਜਾਂਦਾ। ਕੋਈ ਨਹੀਂ ਭਾਈ, ਇੱਥੇ ਵੀ ਥੋੜ੍ਹੇ ਜਿਹੇ ਲਾਉਣੇ ਆਪਣੀ ਸਿਹਤ 'ਤੇ ਵੀ। ਸਹੀ ਆ। ਟਿਕਟ ਦੇ ਪੈਸੇ ਵੀ ਜਮ੍ਹਾਂ। ਇਹ ਕਿੰਨੇ ਕਦੇ ਲੱਗ ਜਾਂਦੇ ਇੱਦਾਂ ਦੇ ਵਾਲ? ਇੱਦਾਂ ਦੇ ਵਾਲ ਨੂੰ ਭਾਈ ਥੋੜ੍ਹਾ ਅਰਸਾ ਲੱਗ ਜਾਂਦਾ ਆਉਣ 'ਚ, ਜਦੋਂ ਆ ਜਾਣ ਤੇ। ਪੈਸੇ ਡਾਲਰ ਕਿੰਨੇ ਕੁ ਲੱਗ ਜਾਂਦੇ ਇੱਦਾਂ ਦੇ ਵਾਲਾਂ ਨੂੰ? ਇੱਦਾਂ ਦੇ ਵਾਲਾਂ ਦੇ ਲੱਗ ਜਾਂਦੇ ਆ ਕੋਈ ਭਾਈ 20-25 ਡਾਲਰ ਲੱਗ ਜਾਂਦੀ, ਕੋਈ ਅੱਧ ਕੁ ਪਾਸ ਸਣ ਲੱਗ ਜਾਂਦੀ ਮੈਨੂੰ ਲੱਗਦਾ। ਹਾਂ, ਅੱਧ ਕੁ ਪਾ ਲੱਗ ਜਾਂਦੀ ਆ। ਸਹੀ ਆ। ਤੇ ਇਹਨਾਂ ਦੀ ਕੇਅਰ ਵੀ ਕਰਨੀ ਪੈਂਦੀ ਹੈ ਕਿ ਨਹੀਂ? ਇਹਨਾਂ ਦੀ ਕੇਅਰ ਭਾਈ ਕਰਨੀ ਪੈਂਦੀ, ਕਿਉਂ ਨਹੀਂ ਕਰਨੀ ਪੈਂਦੀ। ਅੱਛਾ ਜੀ। ਹਾਂਜੀ। ਕੀ ਰਾਤ ਨੂੰ ਲਾ ਕੇ ਸੋਣਾ ਇਹਨੂੰ, ਬਸ ਆਹੀ ਕੇਅਰ ਹੈ ਇਹਦੀ? ਨਹੀਂ, ਇਹਨਾਂ ਰਾਤ ਨੂੰ ਲਾ ਕੇ ਨਹੀਂ ਸੋਣਾ ਭਾਈ ਇਹਨਾਂ, ਇਹਨਾਂ ਨੂੰ ਬਸ ਲੈ ਨਾਲ ਹੀ ਰੱਖਣਾ 24 ਘੰਟੇ। ਅੱਛਾ, ਬਦਨੇ ਆ, ਨਹੀਂ ਤਾਂ ਚੋਰੀ ਹੋ ਜਾਣੇ ਨਾਲੇ ਨਾ, ਸੋਨੇ ਦੇ ਵਾਲ ਲੱਗਦੇ ਮੈਨੂੰ ਤੇ। ਮੈਂ ਕਹਿੰਦਾ ਸੋਨੇ ਦਾ ਉਹ ਲਵਾਇਆ ਨੇ ਕਲਰ। ਹਾਂ, ਸੋਨੇ ਦਾ ਕਲਰ, ਸੋਨੇ ਦਾ ਕਲਰ, ਸੋਨੇ ਦਾ। ਅੱਛਾ ਸਜਾਦ ਸਾਹਿਬ, ਤੁਹਾਡੇ ਕੋਲ ਸੱਚ ਪੁੱਛਣਾ ਸੀ ਕਿ ਯੂਰਪ ਕਿਹੜੇ ਸ਼ਹਿਰ ਹੁੰਦੇ, ਤੁਸੀਂ ਕਿੱਥੇ ਹੁੰਦੇ ਯੂਰਪ, ਕਿਹੜੀ ਜਗ੍ਹਾ? ਯੂਰਪ ਹੁੰਦੇ ਆ ਭਾਈ। ਯੂਰਪ ਕਿਹੜੀ ਜਗ੍ਹਾ ਦੱਸਣ ਦਾ ਰਿਹਾ, ਯੂਰਪ ਹੁੰਦੇ ਆ? ਅਰੇ ਕੋਈ ਆਪਣਾ ਯੂਰਪ ਦਾ ਕੋਈ ਕੋਈ ਸ਼ਹਿਰ ਹੈ ਯੂਰਪ, ਕਿਹੜੀ ਜਗ੍ਹਾ ਹੁੰਦੇ ਆ ਭਾਈ? ਯੂਰਪ ਕਿਤੇ ਕਿੰਨੀ ਆ ਭਾਈ, ਕਿਉਂ ਸਿਰ ਖਾਈ ਜਾਂਦੇ ਮੇਰਾ ਤੁਸੀਂ? ਯੂਰਪ ਹੁੰਦੇ ਆ ਅਸੀਂ। ਅੱਛਾ। ਹਾਂਜੀ। ਹੋਰ ਜਗ੍ਹਾ ਜੁਗਾ ਦਾ ਨਾਮ ਯਾਦ ਨਹੀਂ ਉਹ ਭਾਈ? ਯੂਰਪ ਹੁੰਦੇ ਆ ਯਾਰ, ਬੰਦ ਕਰ ਵੀਡੀਓ ਯਾਰ।